ਦੇ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਪਲਸਰ, ਮੋਟਰਸਾਈਕਲ, ਐਕਟਿਵਾ, ਦੋ ਮੋਬਾਈਲ ਸਮੇਤ ਕਾਬੂ ਕੀਤਾ ਹੈ। ਇਸ ਮੌਕੇ ਐਸਪੀ ਸਰਤਾਜ ਚਾਹਲ ਨੇ ਦੱਸਿਆ ਕਿ ਦੋਸ਼ੀਆਂ ਨੂੰ ਸ਼ਮਸ਼ਾਨ ਘਾਟ ਬੀ ਬਲਾਕ ਮਾਡਲ ਟਾਊਨ ਐਕਸਟੈਂਸ਼ਨ ਤੋਂ ਕਾਬੂ ਕੀਤਾ ਗਿਆ ਹੈ। ਅੱਜ 3 ਫਰਵਰੀ 2019 ਨੂੰ ਮਾਡਲ ਟਾਊਨ ਪੁਲਿਸ ਨੇ ਦੋ ਬੰਦਿਆਂ ਨੂੰ ਕਾਬੂ ਕੀਤਾ। ਪਹਿਲਾ ਹੈ ਰਾਜ ਮੁਹੰਮਦ ਅਤੇ ਦੂਸਰਾ ਹੈ ਹਰਦੀਪ। ਇਹ ਦੋਨੋਂ ਬਹੁਤ ਸਾਰੀ ਵਾਰਦਾਤਾਂ ਵਿੱਚ ਪਹਿਲਾਂ ਇਨਵੋਲਵ ਰਹੇ ਨੇ। ਇਹਨਾਂ ਨੇ ਲੁੱਟਾਂ ਖੋਹਾਂ ਕੀਤੀਆਂ ਨੇ ਅਤੇ ਉਹਨਾਂ ਵਿੱਚੋਂ ਇੱਕ ਜਿਹੜੇ ਰਾਜ ਮੁਹੰਮਦ ਹੈ ਉਹਨਾਂ 'ਤੇ NDPS ਦਾ ਵੀ ਕੇਸ ਹੈ। ਇਹ ਬੰਦੇ ਅੱਜ ਪਕੜੇ ਗਏ ਹੈਗੇ ਚੋਰੀ ਦੇ ਸਮਾਨ ਨਾਲ। ਇਹਨਾਂ ਤੋਂ ਇੱਕ ਐਕਟਿਵਾ ਬਰਾਮਦ ਹੋਇਆ, ਇੱਕ ਪਲਸਰ ਬਰਾਮਦ ਹੋਇਆ ਅਤੇ ਦੋ ਮੋਬਾਈਲ ਫੋਨ ਬਰਾਮਦ ਹੋਏ ਨੇ। ਹੋਰ ਵੈਰੀਫਿਕੇਸ਼ਨ ਵੀ ਇਹਨਾਂ ਦੇ ਰੋਲ ਦੇ ਬਾਰੇ ਕੀਤੀ ਜਾਊਗੀ ਅਤੇ ਇਹ ਲੋਕਾਂ 'ਤੇ ਅੱਜ FIR ਰਜਿਸਟਰ ਹੋਈ ਹੈ 18 ਨੰਬਰ, ਅਧੀਨ ਧਾਰਾ 479 ਅਤੇ 411 APC ਦੇ। ਇਹ ਜੀ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਫੜੇ ਗਏ ਸੀਗੇ ਸ਼ਮਸ਼ਾਨ ਘਾਟ ਤੋਂ ਅਤੇ ਉੱਥੋਂ ਕਾਬੂ ਕਰਕੇ ਫਿਰ ਪੁੱਛਗਿੱਛ ਤੋਂ ਬਾਅਦ ਇਹਨਾਂ 'ਤੇ ਤੁਰੰਤ ਮੁਕੱਦਮਾ ਦਿੱਤਾ ਗਿਆ ਹੈ। ਇਹਨਾਂ ਤੋਂ ਇੱਕ ਐਕਟਿਵਾ, ਇੱਕ ਪਲਸਰ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਕੀਤੇ ਗਏ ਨੇ ਬਰਾਮਦ, ਜੋ ਇਹ ਦੱਸਦੇ ਨੇ ਕਿ ਚੋਰੀ ਦੇ ਖੋਹਦੇ ਨੇ ਅਤੇ ਹੋਰ ਵੈਰੀਫਿਕੇਸ਼ਨ ਕੀਤੀ ਜਾਊਗੀ। ਇਹਨਾਂ ਦੋਨਾਂ ਵਿੱਚੋਂ ਜਿਹੜੇ ਰਾਜ ਮੁਹੰਮਦ ਹੈ ਉਸ 'ਤੇ ਹੋਰ 7 ਕੇਸਾਂ ਵਿੱਚ FIR ਨੇ ਅਤੇ ਜਿਹੜੇ ਹਰਦੀਪ ਨੇ ਉਸ 'ਤੇ 2 ਕੇਸ ਹੈਗੇ ਹੋਰ FIR ਵੱਖ ਵੱਖ ਥਾਣਿਆਂ 'ਚ। ਇਹ ਕਾਫੀ ਪੇਸ਼ਾਵਰ ਕ੍ਰਿਮੀਨਲ ਟਾਈਪ ਦੇ ਲੋਕ ਨੇ ਅਤੇ ਇਹਨਾਂ ਤੋਂ ਹੋਰ ਵੈਰੀਫਿਕੇਸ਼ਨ ਕੀਤੀ ਜਾਊਗੀ। ਬੈਕਗਰਾਊਂਡ ਇਹੀ ਹੈਗਾ ਕਿ ਪਹਿਲਾਂ ਵੀ ਵਾਰਦਾਤਾਂ 'ਚ ਰਹੇ ਅਤੇ ਇਹਨਾਂ ਦਾ ਮੋਡਸ ਓਪਰੈਂਡੇ ਇਹੀ ਹੈਗਾ ਕਿ ਇਹ ਸੁਨਸਾਨ ਰਸਤਿਆਂ ਵਿੱਚ ਲੋਕਾਂ ਨੂੰ ਆਪਣੇ ਜਿਹੜੇ ਲੇਡੀਜ਼ ਹੁੰਦੇ ਆ ਉਹਨਾਂ ਨੂੰ ਕਿਸੇ ਨੂੰ ਘੇਰ ਕੇ ਅਤੇ ਉਹਨਾਂ ਤੋਂ ਪਰਸ, ਮੋਬਾਈਲ ਫੋਨ ਜਾਂ ਕੋਈ ਵਹੀਕਲ ਦੀ ਖੋਹ ਕਰਦੇ ਨੇ।